ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਥੋੜ੍ਹਾ ਜਿਹਾ ਵੱਖਰੇ ਢੰਗ ਦਾ ਟੌਪਿਕ ਹੈ ਔਰ ਇਸ ਟੌਪਿਕ ਨੂੰ ਤੁਸੀਂ ਇਸ ਢੰਗ ਦੇ ਨਾਲ ਨਾ ਸੋਚਿਓ, ਨਾ ਸੁਣਿਓ, ਨਾ ਲਿਓ, ਕਿਉਂਕਿ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਸਿਰਫ ਪਰਸੈਂਟੇਜ ਦੇ ਬਿਹਾਫ ਦੇ ਉੱਤੇ ਕਰਨੀ ਚਾਹੁੰਦਾ। ਜੋ ਮੈਂ ਗੱਲ ਕਰਨੀ ਮੇਰੀ ਇਸ ਗੱਲ ਦੇ ਕਲਾਵੇ ਵਿੱਚ, ਗੱਲ ਦੇ ਘੇਰੇ ਵਿੱਚ ਸਾਰੇ ਲੋਕ ਨਹੀਂ ਆਉਂਦੇ। ਹਰ ਘਰ ਦਾ ਮਸਲਾ ਅੱਡ ਹੁੰਦਾ ਹੈ, ਮੀਆਂ ਬੀਬੀ ਦਾ ਮਸਲਾ ਅੱਡ ਹੁੰਦਾ ਹੈ, ਮਾਂ ਬਾਪ ਬੱਚਿਆਂ ਦਾ ਮਸਲਾ ਅੱਡ ਹੁੰਦਾ ਹੈ, ਪਰ ਮੈਂ ਗੱਲ ਕਰਨ ਲੱਗਾ ਸਿਰਫ ਬਹੁਤਾਤ ਨੂੰ ਲੈ ਕੇ, ਪਰਸੈਂਟੇਜ ਨੂੰ ਲੈ ਕੇ, ਵੀ ਬਹੁਤੇ ਥਾਵਾਂ 'ਤੇ ਇਸ ਤਰ੍ਹਾਂ ਦਾ ਹੁੰਦਾ ਨਜ਼ਰ ਪੈਂਦਾ ਹੈ। ਮੰਨ ਲਓ ਰਿਸ਼ਤੇਦਾਰੀ ਦੇ ਅੰਦਰ ਤੁਸੀਂ ਘਰ ਦੇ ਅੰਦਰ ਚਲੇ ਗਏ, ਕਿਸੇ ਦੂਸਰੇ ਦੇ ਘਰ ਦੇ ਅੰਦਰ ਚਲੇ ਗਏ, ਅਗਲੇ ਘਰ ਵਿੱਚ ਜਾ ਕੇ ਵੇਖਿਆ ਕਿ ਪਤਨੀ ਦਾ ਮੂਡ ਠੀਕ ਨਹੀਂ ਹੈ। ਤੁਸੀਂ ਇਹ ਕੋਮਨ ਜਿਹਾ ਸਵਾਲ ਕਰ ਦਿੱਤਾ ਵੀ ਕੀ ਗੱਲ, ਅੱਜ ਤਬੀਅਤ ਠੀਕ ਨਹੀਂ ਜਾਂ ਕੋਈ ਘਰ ਦੇ ਅੰਦਰ ਛੋਟਾ ਮੋਟਾ ਕਲੇਸ਼ ਹੋਇਆ, ਬੋਲ ਬੁਲਾਵ ਹੋਇਆ? ਅਤੇ ਪਤਨੀ ਨੇ ਮੂੰਹ ਲਟਕਾ ਕੇ ਇੱਕ ਜਵਾਬ ਦਿੱਤਾ, ਮੈਂ ਜਿੰਨਾ ਸਮਾਂ ਇਕੱਲੀ ਸਾਂ, ਵਿਆਹੀ ਨਹੀਂ ਸਾਂ, ਗਈ ਬੜੀ ਸੁਖੀ ਸਾਂ, ਜਦੋਂ ਦੀ ਵਿਆਹੀ ਹਾਂ ਮੇਰੇ ਕਰਮਾਂ ਦੇ ਅੰਦਰ ਤਾਂ ਦੁੱਖ ਹੀ ਦੁੱਖ ਹੈ, ਮੈਂ ਕਦੇ ਸੁੱਖ ਦਾ ਸਾਹ ਲਿਆ ਹੀ ਨਹੀਂ। ਵੀ ਦੁੱਖ ਦਾ ਕਾਰਨ, ਉਹ ਕਹਿੰਦੀ ਪਤੀ ਠੀਕ ਨਹੀਂ, ਸ਼ਰਾਬ ਪੀਂਦਾ ਹੈ, ਮਾਰ ਕੁਟਾਈ ਕਰਦਾ ਹੈ, ਆਹ ਕਰਦਾ ਹੈ, ਉਹ ਕਰਦਾ ਹੈ, ਵਾਕਿਆ ਇਹ ਕੰਮ ਗਲਤ ਨੇ, ਕਰਨੇ ਵੀ ਨਹੀਂ ਚਾਹੀਦੇ। ਪਰ ਜੇ ਉਹਦਾ ਪਤੀ ਵਾਕਿਆ ਸ਼ਰਾਬੀ ਵੀ ਨਾ ਹੋਵੇ, ਮਾਰ ਕੁਟਾਈ ਵੀ ਨਾ ਕਰਦਾ ਹੋਵੇ, ਅਤੇ ਤਾਂ ਵੀ ਅਗਲੇ ਪਾਸਿਓਂ ਇਹ ਗੱਲ ਸੁਣਨ ਲਈ ਮਿਲੇ ਵੀ ਮੇਰਾ ਪਤੀ ਠੀਕ ਨਹੀਂ ਹੈ, ਤੁਸੀਂ ਸੋਚਣ 'ਤੇ ਮਜਬੂਰ ਹੋਵੋਗੇ ਵੀ ਕੋਈ ਨਾ ਕੋਈ ਗੱਲ ਹੋਰ ਵੀ ਹੋ ਸਕਦੀ। ਖੈਰ, ਇਸ ਗੱਲ ਨੂੰ ਇੱਥੇ ਛੱਡ ਦਿਓ, ਤੁਸੀਂ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਦੇ ਅੰਦਰ ਚਲੇ ਗਏ। ਉੱਥੇ ਜਾ ਕੇ ਵੇਖਿਆ ਵੀ ਪਤੀ ਦਾ ਮੂੰਹ ਲਟਕਿਆ ਹੋਇਆ, ਅਤੇ ਉਹਨੂੰ ਪੁੱਛਿਆ ਵੀ ਤੂੰ ਇਹ ਦੁਖੀ ਨਜ਼ਰ ਆ ਰਿਹਾ ਹੈ, ਤੇਰੇ ਦੁੱਖ ਦਾ ਕਾਰਨ ਕੀ ਹੈ? ਰੱਬ ਦਾ ਦਿੱਤਾ ਹੋਇਆ ਤੇਰੇ ਕੋਲ ਸਭ ਕੁਝ ਹੈ, ਚੰਗਾ ਬਿਜ਼ਨਸ ਹੈ, ਚੰਗੀ ਜੋਬ ਹੈ, ਚੰਗਾ ਕਾਰੋਬਾਰ ਹੈ, ਬਾਗ ਪਰਿਵਾਰ ਹੈ, ਧੀਆਂ ਪੁੱਤ ਨੇ, ਵੀ ਤੂੰ ਦੁਖੀ ਨਜ਼ਰ ਆ ਰਿਹਾ, ਤੇਰੇ ਦੁੱਖ ਦਾ ਕਾਰਨ ਕੀ ਹੈ? ਅਤੇ ਉਹ ਕਹੇਗਾ, ਜਿੰਨਾ ਸਮਾਂ ਕੁਆਰਾ ਸਾਂ ਮੈਂ ਬੜਾ ਸੁਖੀ ਸਾਂ, ਮੈਂ ਜਦੋਂ ਦਾ ਵਿਆਹਿਆ ਗਿਆ ਮੇਰੀ ਪਰੇਸ਼ਾਨੀ ਵੱਧ ਗਈ। ਵੀ ਪਰੇਸ਼ਾਨੀ ਦਾ ਕਾਰਨ, ਧੀਆਂ ਪੁੱਤ ਕੋਲ ਨੇ, ਕਾਰੋਬਾਰ ਕੋਲ ਹੈ, ਕਾਰਨ? ਉਹ ਕਹੇਗਾ, ਪਤਨੀ ਠੀਕ ਨਹੀਂ। ਪਤਨੀ ਨੂੰ ਪੁੱਛੋ, ਉਹ ਕਹਿੰਦੀ ਪਤੀ ਠੀਕ ਨਹੀਂ, ਪਤੀ ਨੂੰ ਪੁੱਛੋ, ਕਹਿੰਦਾ ਪਤਨੀ ਠੀਕ ਨਹੀਂ, ਮਾਂ ਬਾਪ ਨੂੰ ਪੁੱਛੋ, ਉਹ ਕਹਿੰਦੇ ਨੇ ਬੱਚੇ ਠੀਕ ਨਹੀਂ, ਬੱਚਿਆਂ ਨੂੰ ਪੁੱਛੋ, ਕਹਿੰਦੇ ਨੇ ਮਾਂ ਬਾਪ ਠੀਕ ਨਹੀਂ, ਇੱਕ ਭਾਈ ਨੂੰ ਪੁੱਛੋ, ਕਹਿੰਦਾ ਦੂਜਾ ਭਾਈ ਠੀਕ ਨਹੀਂ, ਦੂਜੇ ਨੂੰ ਪੁੱਛੋ, ਕਹਿੰਦਾ ਦੂਜਾ ਭਾਈ ਠੀਕ ਨਹੀਂ, ਇੱਕ ਗਵਾਂਢੀ ਨੂੰ ਪੁੱਛੋ, ਉਹ ਕਹਿੰਦਾ ਮੇਰਾ ਗਵਾਂਢੀ ਠੀਕ ਨਹੀਂ, ਮੇਰਾ ਗਵਾਂਢ ਮੱਥਾ ਠੀਕ ਨਹੀਂ, ਉਹਨੂੰ ਜਾ ਕੇ ਪੁੱਛੋ ਤੇਰੀ ਪਰੇਸ਼ਾਨੀ, ਉਹ ਕਹਿੰਦਾ ਮੇਰਾ ਗੁਆਂਢੀ ਠੀਕ ਨਹੀਂ। ਤੋ ਮੇਰਾ ਮਤਲਬ ਇਹ ਹੈ ਵੀ ਹਰ ਬੰਦੇ ਨੂੰ ਦੋਸ਼ ਗਲਤੀ ਦੂਜੇ ਵਿੱਚ ਨਜ਼ਰ ਆ ਰਹੀ ਹੈ, ਤੋ ਫਿਰ ਜਦੋਂ ਗਲਤੀ ਆ ਹੀ ਦੂਜੇ ਵਿੱਚ ਨਜ਼ਰ ਰਹੀ ਹੈ, ਤੋ ਫਿਰ ਮੈਂ ਕਿਉਂ ਬਦਲਾਂ, ਦੂਜਾ ਆਪਣੇ ਆਪ ਨੂੰ ਬਦਲੇ? ਤੋ ਖੈਰ, ਮੀਆਂ ਬੀਬੀ ਦਾ ਕਲੇਸ਼, ਮੀਆਂ ਬੀਬੀ ਦਾ ਝਗੜਾ, ਨਿੱਤ ਦਾ ਕਲੇਸ਼, ਨਿੱਤ ਦਾ ਝਗੜਾ, ਅਤੇ ਜਦ ਕੋਈ ਤੀਜਾ ਬੰਦਾ ਸਮਝਾਉਣ ਵਾਲਾ ਵਿੱਚ ਆਉਂਦਾ ਹੈ, ਦੋਵਾਂ ਨੂੰ ਸਮਝਾਉਂਦਾ ਹੈ, ਅਤੇ ਦੋਵਾਂ ਦਾ ਜ਼ੋਰ ਇਸ ਗੱਲ ਦੇ ਉੱਤੇ ਲੱਗਦਾ ਹੈ ਵੀ ਇਹ ਆਪਣਾ ਸੁਭਾਅ ਬਦਲੇ, ਇਹਦਾ ਸੁਭਾਅ ਠੀਕ ਨਹੀਂ ਹੈ, ਮੈਂ ਆਪਣਾ ਸੁਭਾਅ ਨਾ ਬਦਲਾਂ, ਮੈਂ ਠੀਕ ਹਾਂ, ਇਹ ਆਪਣਾ ਸੁਭਾਅ ਬਦਲੇ। ਪਤਨੀ ਦਾ ਜ਼ੋਰ ਲੱਗਦਾ ਹੈ, ਪਤੀ ਆਪਣਾ ਸੁਭਾਅ ਬਦਲੇ, ਪਤੀ ਦਾ ਜ਼ੋਰ ਲੱਗਦਾ ਹੈ, ਪਤਨੀ ਆਪਣਾ ਸੁਭਾਅ ਬਦਲੇ। ਮਾਂ ਬਾਪ ਦਾ ਸਾਰਾ ਜ਼ੋਰ ਹੁੰਦਾ ਹੈ ਬੱਚੇ ਆਪਣਾ ਸੁਭਾਅ ਬਦਲ ਲੈਣ, ਅਤੇ ਬੱਚਿਆਂ ਦਾ ਇਹ ਜ਼ੋਰ ਲੱਗਾ ਹੁੰਦਾ ਹੈ ਵਿਚਕਾਰ ਜਿਹੜਾ ਬੰਦਾ ਹੁੰਦਾ ਹੈ, ਉਹਨੂੰ ਕਹਿਣਗੇ ਵਾਰ ਵਾਰ ਅੰਕਲ ਜੀ ਇਹਨਾਂ ਨੂੰ ਸਮਝਾਓ, ਇਹ ਆਪਣਾ ਸੁਭਾਅ ਬਦਲਣ। ਜਦੋਂ ਮੈਨੂੰ ਮੇਰੇ ਅੰਦਰ, ਮੇਰੇ ਵਿਚਾਰਾਂ ਅੰਦਰ, ਮੇਰੇ ਸੁਭਾਅ ਅੰਦਰ ਕੋਈ ਖੋਟ ਹੀ ਨਹੀਂ ਦਿਸ ਰਿਹਾ,
ਤਾਂ ਫਿਰ ਆਪਣੇ ਆਪ ਨੂੰ ਬਦਲਣ ਦਾ ਤਾਂ ਸਵਾਲ ਪੈਦਾ ਨਹੀਂ ਨਾ ਹੁੰਦਾ। ਆਪਣੇ ਆਪ ਨੂੰ ਬਦਲਦਾ ਬੰਦਾ ਕਦੋਂ ਹੈ? ਜਦੋਂ ਉਹਨੂੰ ਆਪਣੇ ਅੰਦਰ ਕੋਈ ਖੋਟ ਦਿਸਦਾ ਹੈ। ਐਗਜ਼ਾਮਪਲ, ਕਿਧਰੇ ਦੁਰਗੰਧੀ ਆ ਰਹੀ ਹੋਵੇ, ਤੁਸੀਂ ਸੱਜਾ ਖੱਬਾ ਵੇਖੋਗੇ, ਧੌਣ ਘੁਮਾ ਕੇ ਵੇਖੋਗੇ, ਹੇਠਾਂ ਉੱਤੇ ਵੇਖੋਗੇ, ਤੁਹਾਨੂੰ ਨਜ਼ਰ ਪੈ ਜਾਏ ਵੀ ਇੱਥੇ ਕਿਧਰੇ ਨਾ ਥੋੜ੍ਹੀ ਬਹੁਤੀ ਗੰਦਗੀ ਮੈਲ ਨਜ਼ਰ ਪਏਗੀ। ਤੁਸੀਂ ਜਗ੍ਹਾ ਨੂੰ ਬਦਲ ਲਓਗੇ ਅਤੇ ਜਗ੍ਹਾ ਨੂੰ ਬਦਲਣ ਦੇ ਨਾਲ ਦੁਰਗੰਧੀ ਦੀਆਂ ਲਪਟਾਂ ਆਉਣੀਆਂ ਬੰਦ ਹੋਈਆਂ, ਦੁਰਗੰਧੀ ਆਉਣੀ ਬੰਦ ਹੋਈ। ਪਰ ਜੇ ਤੁਸੀਂ ਖਲੋਤੇ ਉੱਥੇ ਰਹੋ ਅਤੇ ਚਾਹੋ ਇਹ ਵੀ ਮੈਨੂੰ ਦੁਰਗੰਧ ਵੀ ਨਾ ਆਵੇ, ਐਸਾ ਤਾਂ ਨਹੀਂ ਹੋ ਸਕਦਾ। ਤੁਸੀਂ ਅਗਰ ਧੁੱਪੇ ਖਲੋਤੇ ਹੋ, ਸੂਰਜ ਦੇ ਸਾਹਮਣੇ ਖਲੋਤੇ ਹੋ, ਕੋਈ ਛਾਇਆ ਨਹੀਂ, ਰੁੱਖ ਨਹੀਂ, ਛੱਤ ਨਹੀਂ, ਪਰਦਾ ਨਹੀਂ, ਤਾਂ ਧੁੱਪ ਤੇ ਸੱਜਣੋ ਪਏਗੀ। ਅਗਰ ਤੁਸੀਂ ਸੀਤ ਠੰਡ ਦੇ ਅੰਦਰ ਖਲੋਤੇ ਹੋ, ਕੋਈ ਪਰਦਾ ਨਹੀਂ, ਕੱਪੜਾ ਨਹੀਂ, ਛੱਤ ਨਹੀਂ, ਤਾਂ ਕਹੋ ਮੈਨੂੰ ਠੰਡ ਨਾ ਲੱਗੇ, ਐਸਾ ਤਾਂ ਨਹੀਂ ਹੋ ਸਕਦਾ। ਠੰਡ ਵੀ ਲੱਗੇਗੀ, ਗਰਮੀ ਵੀ ਲੱਗੇਗੀ, ਦੁਰਗੰਧ ਵੀ ਆਏਗੀ। ਅਗਰ ਤੁਸੀਂ ਕਿਧਰੇ ਗੁਲਸਤਾਨ ਦੇ ਅੰਦਰ, ਗਾਰਡਨ ਦੇ ਅੰਦਰ ਖਲੋਤੇ ਹੋ, ਉੱਥੋਂ ਸੁਗੰਧੀ ਆਉਣੀ, ਚੰਗੀਆਂ ਲਪਟਾਂ ਆਉਣੀਆਂ, ਤਰ੍ਹਾਂ ਤਰ੍ਹਾਂ ਦੀ ਮਹਿਕ ਆਉਣੀ ਸੁਭਾਵਿਕ ਹੈ। ਪਰ ਜੇ ਤੁਸੀਂ ਉੱਥੇ ਜਾ ਕੇ ਆਖੋ ਵੀ ਮੈਨੂੰ ਇਹ ਸੁਗੰਧੀ ਨਹੀਂ ਚਾਹੀਦੀ, ਕਿਉਂ ਆ ਰਹੀ ਹੈ, ਫਿਰ ਜਗ੍ਹਾ ਬਦਲ ਦਿਓ। ਜੇ ਚਾਹੋ ਵੀ ਮੈਨੂੰ ਦੁਰਗੰਧੀ ਆ ਰਹੀ ਹੈ, ਨਹੀਂ ਆਉਣੀ ਚਾਹੀਦੀ, ਤਾਂ ਜਗ੍ਹਾ ਬਦਲ ਦਿਓ। ਜੇ ਚਾਹੁੰਦੇ ਹੋ ਵੀ ਮੈਨੂੰ ਗਰਮੀ ਲੱਗ ਰਹੀ ਹੈ ਅਤੇ ਗਰਮੀ ਨਾ ਲੱਗੇ, ਤਾਂ ਜਗ੍ਹਾ ਬਦਲ ਦਿਓ, ਛੱਤ ਦੇ ਹੇਠਾਂ ਚਲੇ ਜਾਓ, ਰੁੱਖ ਦੀ ਛਾਂ ਦੇ ਹੇਠਾਂ ਚਲੇ ਜਾਓ, ਕਮਰੇ ਦੇ ਅੰਦਰ ਚਲੇ ਜਾਓ। ਜੇ ਚਾਹੁੰਦੇ ਹੋ ਸਰਦੀ ਨਾ ਲੱਗੇ ਤਾਂ ਜਗ੍ਹਾ ਬਦਲ ਦਿਓ। ਜੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਘਰ ਦੇ ਅੰਦਰ ਕਲੇਸ਼ ਨਾ ਰਹੇ, ਤਾਂ ਫਿਰ ਕਿਧਰੇ ਨਾ ਕਿਧਰੇ ਬਦਲਣ ਦੀ ਲੋੜ ਹੈ। ਅਤੇ ਬਦਲਣ ਦੀ ਲੋੜ, ਜਗ੍ਹਾ ਬਦਲਣ ਦੀ ਲੋੜ ਨਹੀਂ ਕਿ ਮੂੰਹ ਫੁਲਾ ਕੇ ਪਤਨੀ ਦੂਜੇ ਕਮਰੇ ਦੇ ਅੰਦਰ ਚਲੀ ਜਾਏ ਅਤੇ ਪਤੀ ਮੂੰਹ ਫੁਲਾ ਕੇ ਬਣਾ ਕੇ ਦੂਜੇ ਕਮਰੇ ਦੇ ਅੰਦਰ ਚਲਾ ਜਾਏ। ਇੱਥੇ ਜਗ੍ਹਾ ਬਦਲਣ ਦੀ ਲੋੜ ਨਹੀਂ ਹੈ, ਇੱਥੇ ਤੁਹਾਨੂੰ ਆਪਣਾ ਆਪਾ ਬਦਲਣ ਦੀ ਲੋੜ ਹੈ। ਇੱਥੇ ਸੁਭਾਅ ਬਦਲਣ ਦੀ ਲੋੜ ਹੈ, ਇੱਥੇ ਵਿਚਾਰ ਬਦਲਣ ਦੀ ਲੋੜ ਹੈ, ਜਗ੍ਹਾ ਬਦਲਣ ਦੀ ਲੋੜ ਹੈ। ਜਦੋਂ ਬਾਹਰੋਂ ਦੁਰਗੰਧੀ ਆ ਰਹੀ, ਗਰਮੀ ਸਰਦੀ ਆ ਰਹੀ, ਜਦੋਂ ਘਰ ਦੇ ਅੰਦਰ ਕਲੇਸ਼ ਹੈ ਔਰ ਨਿੱਤ ਦਾ ਕਲੇਸ਼ ਹੈ, ਇੱਥੇ ਜਗ੍ਹਾ ਬਦਲਣ ਦੀ ਲੋੜ ਨਹੀਂ ਕਿ ਮੈਂ ਦੂਜੇ ਕਮਰੇ ਵਿੱਚ ਜਾ ਕੇ ਉੱਥੇ ਜਾ ਕੇ ਕੱਪੜਾ ਲੈ ਕੇ ਲੰਮੀ ਤਾਣ ਕੇ ਸੌਂ ਗਿਆ, ਪਤਨੀ ਦੂਜੇ ਕਮਰੇ ਵਿੱਚ ਸੌਂ ਗਈ, ਬੱਚੇ ਦੂਜੇ ਕਮਰੇ ਵਿੱਚ, ਇੱਥੇ ਜਗ੍ਹਾ ਬਦਲਣ ਦੀ ਲੋੜ ਨਹੀਂ। ਇੱਥੇ ਤੁਹਾਨੂੰ ਤੁਹਾਡਾ ਅੰਦਰ ਬਦਲਣ ਦੀ ਲੋੜ ਹੈ। ਅੰਦਰ ਬਦਲਣ ਦਾ ਮਤਲਬ ਇਹ ਹੈ ਤੁਹਾਨੂੰ ਵਿਚਾਰ ਬਦਲਣ ਦੀ, ਤੁਹਾਨੂੰ ਤੁਹਾਡਾ ਸੁਭਾਅ ਬਦਲਣ ਦੀ ਲੋੜ ਹੈ। ਤੁਸੀਂ ਉਹਦਾ ਮੁਤਾਲਿਆ ਕਰੋ, ਉਹਦਾ ਓਪਰੇਸ਼ਨ ਕਰੋ, ਚੀਰ ਫਾੜ ਕਰੋ ਵੀ ਸਾਡਾ ਕਲੇਸ਼ ਰੋਜ਼ ਰੋਜ਼ ਵੱਧਦਾ ਜਾ ਰਿਹਾ, ਇਹਦਾ ਕਾਰਨ ਕੀ। ਬਹਿ ਜਾਇਆ ਕਰੋ, ਕਦੇ ਕਦੇ ਮੀਆਂ ਬੀਬੀ ਆਪਸ ਦੇ ਅੰਦਰ ਬਹਿ ਜਾਇਆ ਕਰੋ ਵੀ ਆਹ ਅੱਜ ਆਪਾਂ ਵਹਿੰਦੇ ਹਾਂ, ਓਪਰੇਸ਼ਨ ਕਰਕੇ ਵਹਿੰਦੇ ਹਾਂ ਵੀ ਗਲਤੀ ਕਿੱਥੇ ਹੈ। ਔਰ ਉਸ ਵਕਤ ਬੈਠੋ ਜਦੋਂ ਤੁਹਾਡੀ ਲੜਾਈ ਨਾ ਹੋਵੇ, ਤੁਸੀਂ ਨੋਰਮਲ ਸਿਚੁਏਸ਼ਨ ਵਿੱਚ ਹੋਵੋ, ਤੁਸੀਂ ਨੋਰਮਲ ਹਾਲਾਤ ਵਿੱਚ ਹੋਵੋ, ਅਤੇ ਬਹਿ ਜਾਇਆ ਕਰੋ ਵੀ ਆਹ ਭਗਵਾਨ ਨੇ ਅੱਜ ਪੈ ਕੇ ਆਪਾਂ ਵਿਚਾਰ ਕਰਨੇ ਹਾਂ ਵੀ ਸਾਡੇ ਕਲੇਸ਼ ਦਾ ਕਾਰਨ ਕੀ ਹੈ, ਖੋਟ ਤੇਰੇ ਵਿੱਚ ਜਾਂ ਮੇਰੇ ਵਿੱਚ। ਅਤੇ ਜਿਸ ਦਿਨ ਤੁਸੀਂ ਬਿਲਕੁਲ ਆਮ ਹਾਲਾਤ ਦੇ ਅੰਦਰ ਬਹਿ ਕੇ ਆਪਣੇ ਘਰ ਨੂੰ ਵਿਚਾਰਨਾ, ਆਪਣੇ ਝਗੜਿਆਂ ਨੂੰ ਵਿਚਾਰਨਾ ਸ਼ੁਰੂ ਕਰੋਗੇ, ਅਤੇ ਉਸ ਦਿਨ ਤੁਸੀਂ ਹੱਸਦੇ ਹੱਸਦੇ ਕਬੂਲ ਕਰ ਲਓਗੇ, ਪਤੀ ਹੱਸਦਾ ਹੱਸਦਾ ਕਬੂਲ ਕਰ ਲੇਗਾ, ਯਾਰ ਗਲਤੀ ਤਾਂ ਵਾਕਈ ਮੇਰੇ ਵਿੱਚ ਹੈ, ਮੇਰਾ ਨਾ ਸੁਭਾਅ ਥੋੜ੍ਹਾ ਹਾਰਡ ਹੈ। ਪਰ ਇਸ ਤਰ੍ਹਾਂ ਕਰਿਆ ਕਰ, ਜਦੋਂ ਮੈਂ ਆਫਿਸ ਤੋਂ ਆਉਂਦਾ, ਜਦੋਂ ਮੈਂ ਦੁਕਾਨ ਤੋਂ ਆਉਂਦਾ, ਜਦੋਂ ਮੈਂ ਬਿਜ਼ਨਸ ਤੋਂ ਆਉਂਦਾ, ਅਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਉੱਥੇ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦੇ ਨਾਲ ਥੋੜ੍ਹਾ ਬਹੁਤਾ ਮਨ ਮੁਟਾਵ ਹੋਇਆ ਜਾਂ ਕਿਧਰੇ ਝਗੜਾ ਹੋਇਆ, ਲੈਣ ਦੇਣ ਦਾ ਮਸਲਾ ਸਾਹਮਣੇ ਆਇਆ, ਮੇਰਾ ਮੂਡ ਆਫ ਸੀ, ਉਹ ਮੂਡ ਲੈ ਕੇ ਮੈਂ ਘਰ ਆਇਆ,
ਅੱਗੋਂ ਤੇਰਾ ਮੂਡ ਔਫ ਮਿਲਿਆ ਤੇ ਹੋਇਆ ਕੀ ਵੀ ਘਰ ਦੇ ਅੰਦਰ ਕਲੇਸ਼ ਮੱਚਿਆ। ਤੂੰ ਇਸ ਤਰ੍ਹਾਂ ਕਰਿਆ ਕਰ, ਜਦੋਂ ਮੈਂ ਆਉਣਾ ਨਾ ਮੇਰੇ ਮੂਡ ਨੂੰ ਵਾਚ ਕਰਿਆ ਕਰ। ਅਗਰ ਮੈਂ ਖੁਸ਼ ਹੋਵਾਂ ਤੇ ਮੇਰੇ ਸਾਹਮਣੇ ਗੱਲ ਰੱਖ ਦਿੱਤੀ, ਘਰੇਲੂ ਮਸਲੇ ਰੱਖ ਦਿੱਤੇ। ਅਗਰ ਤੈਨੂੰ ਲੱਗੇ ਨਾ ਵੀ ਅੱਜ ਮੇਰਾ ਮੂਡ ਠੀਕ ਨਹੀਂ ਹੈ ਤੇ ਥੋੜ੍ਹਾ ਜਿਹਾ ਅਵਾਇਡ ਕਰ ਲਿਆ ਕਰ। ਇਹ ਨਹੀਂ ਕਿ ਆਉਂਦਿਆਂ ਸਾਰ ਘਰ ਦੇ ਸਾਰੇ ਮਸਲੇ ਖੋਲ੍ਹ ਕੇ ਮੇਰੇ ਸਾਹਮਣੇ ਰੱਖ ਦੇਣੇ। ਉਹ ਵੀ ਆਖੇਗੀ ਵੀ ਗੱਲ ਤਾਂ ਠੀਕ ਹੈ, ਘਰਵਾਲੀ ਵੀ ਸਮਝੇਗੀ ਵੀ ਗੱਲ ਤਾਂ ਠੀਕ ਹੈ। ਠੀਕ ਹੈ, ਅੱਜ ਤੋਂ ਬਾਅਦ ਨਾ ਮੈਂ ਤੁਹਾਡਾ ਮੂਡ ਚੈੱਕ ਕਰਿਆ ਕਰਾਂਗੀ। ਠੀਕ ਇਸ ਤਰ੍ਹਾਂ ਪਤਨੀ ਦਾ ਫਰਜ਼ ਬਣਦਾ ਹੈ, ਪਤੀ ਦਾ ਮੂਡ ਵੇਖੇ, ਉਹਦੀ ਤਬੀਅਤ ਵੇਖੇ ਵੀ ਅੱਜ ਕਿਸ ਤਰ੍ਹਾਂ ਦੀ ਹੈ। ਮੈਂ ਜਿਹੜੀ ਗੱਲ ਉਹਦੇ ਸਾਹਮਣੇ ਰੱਖਣੀ ਚਾਹੁੰਦੀ ਹਾਂ, ਇਹ ਗੱਲ ਰੱਖਣ ਦਾ ਯੋਗ ਸਮਾਂ ਵੀ ਹੈ ਜਾਂ ਨਹੀਂ ਹੈ। ਅਤੇ ਜਿਹੜਾ ਪਤੀ ਹੈ ਉਹ ਵੀ ਪਤਨੀ ਦਾ ਮੂਡ ਚੈੱਕ ਕਰੇ ਵੀ ਅੱਜ ਇਹਦਾ ਮੂਡ ਨਾ ਥੋੜ੍ਹਾ ਵਿਗੜਿਆ ਲੱਗਦਾ ਹੈ। ਹੋ ਸਕਦਾ ਪੇਕਿਆਂ ਦੇ ਨਾਲ ਗੱਲ ਹੋਈ ਹੋਵੇ, ਹੋ ਸਕਦਾ ਇਹਦੇ ਘਰ ਦੇ ਅੰਦਰ ਕੋਈ ਕਲੇਸ਼ ਹੋਵੇ, ਹੋ ਸਕਦਾ ਗਵਾਂਢ ਮੱਥੇ ਦੇ ਅੰਦਰ ਕਿਸੇ ਦੇ ਨਾਲ ਕੋਈ ਥੋੜ੍ਹਾ ਬਹੁਤ ਮਨ ਮੁਟਾਵ ਬਣਿਆ ਹੋਵੇ। ਮੈਂ ਇਹਦੇ ਕੋਲੋਂ ਥੋੜ੍ਹਾ ਜਿਹਾ ਅਵਾਇਡ ਕਰਾਂ, ਜੇ ਤਿੱਖਾ ਬੋਲੇ ਤਾਂ ਮੈਂ ਥੋੜ੍ਹਾ ਜਿਹਾ ਨਰਮ ਰਵਾਂ, ਜੇ ਇਹ ਗੁੱਸੇ ਦਾ ਬੋਲ ਬੋਲੇ ਤਾਂ ਮੈਂ ਥੋੜ੍ਹਾ ਜਿਹਾ ਨਰਮ ਰਵਾਂ। ਕਦੇ ਵੀ ਸੱਜਣੋ ਅੱਗ ਦੇ ਨਾਲ ਅੱਗ ਨਹੀਂ ਬੁਝਾਈ ਜਾਂਦੀ, ਇੱਕ ਪਾਸੇ ਅੱਗ ਹੋਵੇ ਦੂਜੇ ਪਾਸੇ ਪਾਣੀ ਹੋਵੇ, ਇੱਕ ਪਾਸੇ ਗੁੱਸਾ ਹੋਵੇ ਦੂਜੇ ਪਾਸੇ ਠੰਡਕ ਹੋਵੇ, ਫਿਰ ਤਾਂ ਤੁਹਾਡਾ ਘਰ ਨਹੀਂ ਟੁੱਟੇਗਾ। ਜੇ ਉੱਧਰੋਂ ਵੀ ਪੱਥਰ ਆ ਰਹੇ ਨੇ, ਉੱਧਰੋਂ ਵੀ ਪੱਥਰ ਆ ਰਹੇ ਨੇ, ਘਰ ਟੁੱਟੇਗਾ, ਕਲੇਸ਼ ਪਏਗਾ, ਵਧੇਗਾ। ਅੱਗ ਨੂੰ ਅੱਗ ਦੇ ਨਾਲ ਬੁਝਾਉਣ ਦਾ ਯਤਨ ਨਾ ਕਰੋ। ਆਪਣੀ ਈਗੋ ਦੇ ਅੰਦਰ ਆਣ ਕੇ ਇਸ ਤਰ੍ਹਾਂ ਨਾ ਕਹੋਗੇ ਮੈਂ ਇਸ ਤਰ੍ਹਾਂ ਕਿਹਾ ਸੀ ਤੂੰ ਨਹੀਂ ਮੰਨੀ, ਉਹ ਕਹੇ ਤੂੰ ਨਹੀਂ ਮੰਨਿਆ, ਇਸ ਤਰ੍ਹਾਂ ਨਹੀਂ। ਆਪਣੇ ਘਰ ਨੂੰ ਬਹਿ ਕੇ ਇਸ ਤਰ੍ਹਾਂ ਵਿਚਾਰਿਆ ਕਰੋ। ਖੈਰ ਜੋ ਮੈਂ ਗੱਲ ਕਰ ਰਿਹਾ, ਅਕਸਰ ਇਸ ਤਰ੍ਹਾਂ ਹੁੰਦਾ ਹੈ ਵੀ ਜਦੋਂ ਕਲੇਸ਼ ਹੁੰਦਾ ਹੈ ਜਾਂ ਕੋਈ ਕੰਮ ਵਿਗੜਦਾ ਹੈ ਤਾਂ ਦੋਸ਼ ਦੂਜੇ ਦਾ ਹੁੰਦਾ ਹੈ। ਮੰਨ ਲਓ ਰੋਟੀ ਤਵੇ ਦੇ ਉੱਤੇ ਸੜ ਗਈ ਅਤੇ ਸਵਾਣੀ ਨੇ ਕਦੇ ਆਪਣਾ ਦੋਸ਼ ਨਹੀਂ ਕਰਨਾ, ਉਹਨੇ ਕਹਿਣਾ ਤਵਾ ਪਤਲਾ ਹੋ ਗਿਆ। ਉਹਨੇ ਨਹੀਂ ਕਹਿਣਾ ਕਿ ਅੱਜ ਮੈਂ ਗੱਲਾਂ ਬਾਤਾਂ ਦੇ ਅੰਦਰ ਲੱਗੀ ਰਹੀ, ਫੋਨ 'ਤੇ ਲੱਗੀ ਰਹੀ, ਰੋਟੀ ਤਾਂ ਸੜ ਗਈ, ਰੋਟੀ ਫੁੱਲੀ ਨਹੀਂ। ਉਹਨੇ ਕਹਿਣਾ ਦੋਸ਼ ਤਵੇ ਦਾ, ਤੁਹਾਡਾ ਗੈਸ ਦਾ ਚੁੱਲ੍ਹਾ ਠੀਕ ਨਹੀਂ ਹੈ, ਗੈਸ ਹੀ ਜ਼ਿਆਦਾ ਦਿੰਦਾ, ਰੋਟੀ ਤਾਂ ਸੜ ਗਈ। ਮਤਲਬ ਮੇਰਾ ਦੋਸ਼ ਨਹੀਂ ਹੈ, ਦੋਸ਼ ਦੂਜਿਆਂ ਦਾ, ਨਿਰਜੀਵ ਚੀਜ਼ਾਂ ਦਾ ਵੀ ਦੋਸ਼ ਬੰਦਾ ਕੱਢ ਦਿੰਦਾ। ਮੈਂ ਤਾਂ ਇਸ ਤਰ੍ਹਾਂ ਦਾ ਵੀ ਇੱਕ ਕੇਸ ਵੇਖਿਆ, ਇੱਕ ਬੰਦਾ ਸਕੂਟਰ 'ਤੇ ਜਾ ਰਿਹਾ ਸੀ, ਸਕੂਟਰੋਂ ਨੇ ਸਿੱਧਾ ਜਾ ਕੇ ਨਾ ਅਗਲੇ ਪਾਸੇ ਪੁਲ ਵਾਲੀ ਕੰਧ ਸੀ ਅਤੇ ਉਹ ਕੰਧ ਦੇ ਵਿੱਚ ਮਾਰਿਆ। ਉਹਨੂੰ ਉਹਦੇ ਦੂਜੇ ਭਰਾ ਨੇ ਪੁੱਛਿਆ ਵੀ ਤੂੰ ਸਕੂਟਰ ਦੇ ਉੱਤੇ ਜਾ ਰਿਹਾ, ਏਡੀ ਉੱਚੀ ਕੰਧ ਦੇ ਸਾਹਮਣੇ ਪੁਲ ਦੀ ਕੰਧ ਤੈਨੂੰ ਦਿਸੀ ਨਾ? ਉਹਨੇ ਬੜੇ ਸਾਦਗੀ ਦੇ ਲਹਿਜੇ ਦੇ ਅੰਦਰ ਇੱਕ ਗੱਲ ਕਹੀ, ਕਹਿੰਦਾ ਮੈਂ ਕੀ ਕਰਦਾ, ਮੈਂ ਤਾਂ ਸਿੱਧਾ ਤੁਰਿਆ ਜਾ ਰਿਹਾ ਸੀ, ਅੱਗੇ ਹੀ ਕੰਧ ਆ ਗਈ। ਮਤਲਬ ਆਪਣਾ ਦੋਸ਼ ਫਿਰ ਵੀ ਨਹੀਂ, ਕਹਿੰਦਾ ਅੱਗੇ ਕੰਧ ਆ ਗਏ। ਬੰਦੇ ਦਾ ਸੁਭਾਅ ਹੀ ਇਸ ਤਰ੍ਹਾਂ ਦਾ, ਇਹ ਆਪਣੇ ਉੱਤੇ ਗਲਤੀ ਲਾਗੂ ਕਰਕੇ ਵੇਖਣਾ ਚਾਹੁੰਦਾ ਹੀ ਨਹੀਂ। ਸਰਕਾਰਾਂ ਨੇ ਉਹ ਆਪਣੇ ਸਮੇਂ ਦੇ ਅੰਦਰ ਕੂਕ ਸੁੱਤੀਆਂ ਰਹਿਣਗੀਆਂ, ਪਰ ਜਦੋਂ ਸਰਕਾਰਾਂ ਬਦਲ ਜਾਣਗੀਆਂ ਉਹਦੇ ਬਿਆਨਬਾਜ਼ੀ ਦੂਸ਼ਣਬਾਜ਼ੀ ਦਿਨ ਪਰ ਰਾਤ ਲਗਾਤਾਰ, ਇਹ ਦੂਜੇ ਦਾ ਦੋਸ਼। ਮਤਲਬ ਇਹ ਦੂਜੇ ਦੇ ਉੱਤੇ ਤੁਹਾਨੂੰ ਸਭ ਕੁਝ ਦਿਸ ਰਿਹਾ, ਆਪਣੇ ਅੰਦਰ ਕੁਝ ਨਹੀਂ ਦਿਸ ਰਿਹਾ। ਜੇ ਕੁਝ ਪਚਿਆ ਨਹੀਂ ਤੇ ਮਤਲਬ ਇਹ ਨਹੀਂ ਹੈ ਕਿ ਮੇਰੇ ਮੇਦੇ ਦੇ ਅੰਦਰ ਨੁਕਸ ਹੋਏਗਾ, ਮੇਰੇ ਪੇਟ ਦੇ ਅੰਦਰ ਖਰਾਬੀ ਹੋਏਗੀ। ਨਹੀਂ, ਭੋਜਨ ਦੇ ਅੰਦਰ ਦੋਸ਼ ਹੈ, ਭੋਜਨ ਠੀਕ ਨਹੀਂ ਹੈ। ਠੀਕ ਹੈ, ਭੋਜਨ ਦੇ ਅੰਦਰ ਦੋਸ਼ ਹੋਏਗਾ, ਪਰ ਹੋ ਸਕਦਾ ਤੇਰੇ ਅੰਦਰ ਵੀ ਦੋਸ਼ ਹੋਵੇ। ਉਹੀ ਭੋਜਨ 100 ਬੰਦੇ ਨੂੰ ਪਚ ਗਿਆ, ਤੈਨੂੰ ਨਹੀਂ ਪਚਿਆ, ਹੋ ਸਕਦਾ ਤੇਰੇ ਅੰਦਰ ਦੋਸ਼ ਹੋਵੇ। ਨਹੀਂ ਸੂਰਜ ਦਿਸ ਰਿਹਾ ਤੇ ਸੂਰਜ ਦਾ ਦੋਸ਼ ਨਹੀਂ, ਹੋ ਸਕਦਾ ਤੇਰੀਆਂ ਅੱਖਾਂ ਦਾ ਦੋਸ਼ ਹੋਵੇ। ਅੱਖਾਂ ਥੱਕੀਆਂ ਹੋਣ, ਅੱਖਾਂ ਦੇ ਅੰਦਰ ਧੁੰਦਲਾਪਨ ਹੋਵੇ ਤਾਂ ਬਾਰ ਬਾਰ ਧੁੰਦਲਾਪਨ ਨਜ਼ਰ ਆ ਰਿਹਾ। ਤੋ ਖੈਰ
ਮੇਰਾ ਮਸਲਾ ਇਹ ਹੈ, ਫਿਰ ਮੁੜ ਕੇ ਉੱਥੇ ਆਵਾਂ ਜਦੋਂ ਘਰੇਲੂ ਲੜਾਈਆਂ ਹੁੰਦੀਆਂ ਨੇ, ਲੜਦੇ ਤੁਸੀਂ ਹੋ, ਮਜ਼ਾਕ ਤੁਹਾਡਾ ਬਾਹਰ ਬਣਦਾ ਹੈ, ਰਿਸ਼ਤੇਦਾਰਾਂ ਵਿੱਚ ਬਣਦਾ ਹੈ, ਆਂਢ ਗੁਆਂਢ ਵਿੱਚ ਬਣਦਾ ਹੈ। ਆਪਣੀ ਲੜਾਈ ਨੂੰ ਘਰ ਦੇ ਅੰਦਰ ਬਹਿ ਕੇ ਸਮੇਟਣ ਦਾ ਯਤਨ ਕਰਿਆ ਕਰੋ। ਪਤੀ ਪਤਨੀ ਦੀ ਲੜਾਈ ਕਾਹਦੀ ਲੜਾਈ ਹੁੰਦੀ ਹੈ? ਪਰ ਇਹ ਲੜਾਈ ਏਡੀ ਵੱਡੀ ਨਾ ਬਣ ਜਾਏ, ਮਹਾਂਭਾਰਤ ਨਾ ਬਣ ਜਾਏ ਕਿ ਲੋਕ ਤਮਾਸ਼ਾ ਵੇਖਣ। ਘਰ ਤੁਹਾਡਾ ਖਰਾਬ ਹੋਣਾ, ਤਮਾਸ਼ਾ ਲੋਕਾਂ ਦਾ ਬਣ ਜਾਣਾ। ਬਹਿ ਜਾ ਕਰੋ, ਇਕੱਠੇ ਹੋ ਕੇ ਬਹਿ ਜਾ ਕਰੋ। 10 ਭਾਗਵਾਨ ਨੇ ਅੱਜ 10 ਵੀ ਮੇਰੀ ਗਲਤੀ ਕੀ ਹੈ। ਜਦੋਂ ਉਹ ਦੱਸਣ ਲੱਗੇ ਤਾਂ ਪਿਆਰ ਦੇ ਅੰਦਰ ਕਿਹਾ ਕਰੋ ਵੀ ਇੱਥੇ ਤੇਰੀ ਗਲਤੀ ਨਹੀਂ। ਉਹ ਵੀ ਹੱਸਦੀ ਹੱਸਦੀ ਮੰਨ ਜਾਏਗੀ ਵੀ ਹਾਂ, ਗਲਤੀ ਮੇਰੀ ਵੀ ਹੈ। ਤੁਹਾਡਾ ਘਰ ਬਚਿਆ ਰਹੇਗਾ, ਟੁੱਟਣੋਂ ਬਚਿਆ ਰਹੇਗਾ। ਪਰ ਸਾਡਾ ਕੀ ਹੁੰਦਾ ਹੈ, ਪਤਨੀ ਦਾ ਜ਼ੋਰ ਹੁੰਦਾ, ਦੇ ਪੇਕਿਆਂ ਨੂੰ ਫੋਨ ਕਰ, ਦੂਜਿਆਂ ਨੂੰ ਫੋਨ ਕਰ, ਇਸ ਤਰ੍ਹਾਂ ਘਰ ਨਹੀਂ ਬਚਦੇ ਹੁੰਦੇ। ਪਤੀ ਦਾ ਹੁੰਦਾ ਹੈ, ਉਹ ਵੀ ਆਪਣੀ ਈਗੋ ਦੇ ਅੰਦਰ ਆਣ ਕੇ ਉਹ ਆਪਣੀ ਗਲਤੀ ਨੂੰ ਮੰਨਣ ਵਾਸਤੇ, ਸਵੀਕਾਰਨ ਵਾਸਤੇ ਤਿਆਰ ਨਹੀਂ ਹੁੰਦਾ। ਉਹ ਵੀ ਸਾਰਾ ਭਾਂਡਾ ਜਿਹੜਾ ਪਤਨੀ ਦੇ ਸਿਰ ਭੰਨਦਾ ਹੈ। ਇਸ ਤਰ੍ਹਾਂ ਸੱਜਣਾ ਘਰ ਨਹੀਂ ਬਚਦੇ ਹੁੰਦੇ। ਤੁਸੀਂ ਬਹਿ ਕੇ ਵਿਚਾਰ ਕੇ, ਆਪਸ ਦੇ ਅੰਦਰ ਬਹਿ ਕੇ, ਚਲੋ ਗੱਡੀ ਹੈ, ਕਾਰ ਹੈ, ਜੇ ਖਰਾਬ ਹੋ ਜਾਏ ਤਾਂ ਉਹਦਾ ਤੁਸੀਂ ਨੁਕਸ ਠੀਕ ਨਹੀਂ ਕਰਾਉਂਦੇ, ਉਹਦੀ ਰਿਪੇਅਰ ਨਹੀਂ ਕਰਾਉਂਦੇ। ਕਿਹੜੀ ਚੀਜ਼ ਜਿਹੜੀ ਖਰਾਬ ਹੋਣ ਤੋਂ ਬਾਅਦ ਰਿਪੇਅਰ ਨਹੀਂ ਮੰਗਦੀ? ਜੇ ਥੋੜ੍ਹਾ ਬਹੁਤਾ ਸੁਭਾਅ ਦੇ ਅੰਦਰ ਕਿਧਰੇ ਖਰਾਬੀ ਬਣ ਗਈ, ਘਰੇਲੂ ਮਾਹੌਲ ਦੇ ਅੰਦਰ ਖਰਾਬੀ ਬਣ ਗਈ, ਤਾਂ ਇਹਨੂੰ ਵਿਚਾਰ ਲਿਆ ਕਰੋ, ਠੀਕ ਕਰ ਲਿਆ ਕਰੋ। ਤਮਾਸ਼ਾ ਨਾ ਬਣਾਇਆ ਕਰੋ, ਘਰ ਤੋੜਿਆ ਨਾ ਕਰੋ। ਘਰ ਤੋੜਨੇ ਸੌਖੇ ਨੇ ਪਰ ਜੋੜਨੇ ਬੜੇ ਔਖੇ ਨੇ। ਅਤੇ ਜਿਨ੍ਹਾਂ ਦੇ ਘਰ ਟੁੱਟਦੇ ਨਾ, ਉਦੋਂ ਬਾਅਦ ਘਰ ਪਹਿਲੇ ਤਾਪ ਦੇ ਉੱਤੇ ਆਣ ਕੇ ਸੁੱਖ ਨਹੀਂ ਦੇ ਪਾਉਂਦੇ, ਕਲੇਸ਼ ਹੀ ਘਰਾਂ ਦੇ ਅੰਦਰ ਬਣਿਆ ਰਹਿੰਦਾ। ਤਾਂ ਖੈਰ, ਆਪਣੇ ਆਪ ਨੂੰ ਬਚਾਓ, ਆਪਣੇ ਘਰਾਂ ਨੂੰ ਬਚਾਓ, ਕਲੇਸ਼ ਤੋਂ ਬਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।